ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀਵਾਲੀਆ, ਹਨੀਵਾਲੀਆ ਸ਼ੋਅਜ਼ ਦੇ ਰੀਅਲ ਸਟੇਟ ਗੁਰੂ ਸ਼ੋਅ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਜਿਹੜੇ ਇਸ ਪਲੇਟਫਾਰਮ ਦੇ ਉੱਤੇ ਕੋਈ ਨਾ ਕੋਈ ਐਕਸਪਰਟ ਬੁਲਾਉਂਦੇ ਨੇ, ਜਿਹੜੇ ਕਿ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਜਿਹੜੀ ਸਰਵਿਸਿਜ਼ ਹੁੰਦੀਆਂ ਨੇ ਉਹ ਤੁਹਾਨੂੰ ਹੈਲਪ ਕਰਦੇ ਨੇ। ਅੱਜ ਵੀ ਅਸੀਂ ਇੱਕ ਅਜਿਹੇ ਐਕਸਪਰਟ ਨੂੰ ਬੁਲਾਇਆ ਜਿਹੜਾ ਕਿ ਜਦੋਂ ਤੁਸੀਂ ਘਰ ਵੇਚਣਾ ਹੁੰਦਾ ਜਾਂ ਫਿਰ ਕਿਸੇ ਨੇ ਖਰੀਦਣਾ ਹੁੰਦਾ, ਉਹਦੇ ਲਈ ਉਹਨਾਂ ਦੀ ਬਹੁਤ ਵੱਡੀ ਇੱਕ ਅਹਿਮ ਭੂਮਿਕਾ ਹੁੰਦੀ ਹੈ। ਚਾਹੇ ਉਹ ਬਿਲਡਰਸ ਦੀ ਰਿਕੁਆਇਰਮੈਂਟ ਦੀ ਗੱਲ ਕੀਤੀ ਜਾਵੇ, ਚਾਹੇ ਉਹ ਰੀਅਲਟਰਸ ਦੀ ਰਿਕੁਆਇਰਮੈਂਟ ਦੀ ਗੱਲ ਕੀਤੀ ਜਾਵੇ, ਚਾਹੇ ਕਿਸੇ ਨੇ ਆਪਣਾ ਘਰ ਸੇਲ ਕਰਨਾ ਉਹਨਾਂ ਦੀ ਜ਼ਰੂਰਤ ਦੀ ਗੱਲ ਕੀਤੀ ਜਾਵੇ, ਤਾਂ ਮੈਂ ਸਵਾਗਤ ਕਰਨਾ ਚਾਹੁੰਦਾ ਯਸ਼ ਜੀ, ਜਿਹੜੇ ਕਿ ਯਸ਼ ਪਿਕ ਈ ਓਪਨ ਹਾਊਸ ਤੋਂ ਨੇ ਸਾਡੇ ਨਾਲ, ਜਿਹੜੇ ਕਿ RMS ਮੈਜਰਮੈਂਟ ਅਤੇ ਫੋਟੋਗ੍ਰਾਫੀ ਦੇ ਵਿੱਚ ਡੀਲ ਕਰਦੇ ਨੇ। ਤਾਂ ਯਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਅਨੀ ਜੀ ਮੈਨੂੰ ਆਪਣੇ ਸ਼ੋਅ ਦਾ ਪਾਰਟ ਬਣਾਉਣ ਲਈ। ਜੀ ਥੈਂਕ ਯੂ ਜੀ। ਯਸ਼ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਸਰਵਿਸਿਜ਼ ਨੇ, ਹੈ ਨਾ, ਤੁਸੀਂ ਯਸ਼ ਪਿਕ ਈ ਓਪਨ ਹਾਊਸ ਦੇ ਵਿੱਚ RMS ਮੈਜਰਮੈਂਟ ਦੀ ਗੱਲ ਕੀਤੀ ਜਾਂਦੀ ਹੈ ਜਾਂ ਫੋਟੋਗ੍ਰਾਫੀ ਦੀ ਗੱਲ ਕੀਤੀ ਜਾਂਦੀ ਹੈ, ਕੀ ਸਰਵਿਸਿਜ਼ ਤੁਹਾਡੀ ਕੰਪਨੀ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ? ਹਾਂਜੀ ਜੀ, ਸਾਡੀ ਕੰਪਨੀ ਪ੍ਰੋਵਾਈਡ ਕਰਦੀ ਹੈ ਫੋਟੋਗ੍ਰਾਫਸ ਜੀ, ਜਿਹੜੀ ਕਿ ਰੀਅਲਟਰਸ ਨੂੰ ਚਾਹੀਦੀ ਹੁੰਦੀਆਂ ਨੇ MLS ਦੇ ਵਿੱਚ ਲਗਾਉਣ ਵਾਸਤੇ। ਫਿਰ ਅਸੀਂ ਪ੍ਰੋਵਾਈਡ ਕਰਦੇ ਹਾਂ 3D ਵਾਕ ਥਰੂ, ਜਿਹੜੇ ਕਿ ਇੱਕ ਮਤਲਬ ਪੂਰੇ ਘਰ ਦੇ ਅੰਦਰ ਆਦਮੀ ਜਿਸ ਤਰ੍ਹਾਂ ਘੁੰਮਦਾ ਜੀ ਉਹ ਹੈਗਾ ਜੀ। ਤੀਸਰਾ ਹੈਗਾ, ਅਸੀਂ ਉਹਦਾ ਫਲੋਰ ਪਲਾਨ ਪ੍ਰੋਵਾਈਡ ਕਰਦੇ ਹਾਂ ਕਿ ਜੀ ਉਹਨਾਂ ਦੇ ਫਲੋਰ ਪਲਾਨ ਕੀ ਹੈਗਾ, ਕੀ ਬੈਡਰੂਮ ਹੈ, ਕੀ ਸਾਈਜ਼ ਦਾ ਲਿਵਿੰਗ ਰੂਮ ਹੈ, ਕੀ ਕਿਚਨ ਹੈ ਜੀ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ RMS ਮੈਜਰਮੈਂਟਸ, ਜਿਹੜੀ ਕਿ ਇੱਕ ਰਿਕੁਆਇਰਮੈਂਟ ਹੈਗੀ ਅਮਰੀਕਾ ਦੀ। ਅੱਛਾ ਜੀ, ਉਹਨਾਂ ਨੂੰ RMS ਜ਼ਰੂਰ ਚਾਹੀਦੀਆਂ ਹੁੰਦੀਆਂ ਨੇ ਸੇਲ 'ਤੇ ਲਗਾਉਣ ਵਾਸਤੇ। ਓਕੇ, ਅਸੀਂ ਉਹ ਪ੍ਰੋਵਾਈਡ ਕਰਦੇ ਜੀ। ਅੱਛਾ, ਇਹਦੇ ਵਿੱਚ ਜਿਵੇਂ ਫੋਟੋਗ੍ਰਾਫੀ ਦੀ ਗੱਲ ਹੁੰਦੀ ਹੈ ਜਾਂ ਮੇਜਰਮੈਂਟ ਦੀ ਗੱਲ ਹੁੰਦੀ ਹੈ, ਇੱਕ ਆਮ ਇੱਕ ਚਲੋ ਇੱਕ ਸਵਾਲ ਹੁੰਦਾ ਕਿ ਆਮ ਇਨਸਾਨ ਦਾ ਸਵਾਲ ਹੁੰਦਾ ਕਿ ਮੈਂ ਇੱਕ ਕਿਸੇ ਕੰਪਨੀ ਤੋਂ ਜਾਂ ਤੁਹਾਡੀ ਕੰਪਨੀ ਤੋਂ ਹੀ ਕਿਉਂ ਕਰਵਾਇਆ ਜਾਵੇ? ਇਹਦੇ ਵਿੱਚ ਕੋਈ ਸਪੈਸ਼ਲਿਟੀਜ਼ ਹੁੰਦੀਆਂ ਨੇ, ਕੁਛ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ, ਕੀ ਫਰਕ ਕੀ ਹੁੰਦਾ ਤੁਹਾਡਾ ਕਰਨ ਦਾ? ਕਿਉਂਕਿ ਫੋਟੋਗ੍ਰਾਫੀ ਹੁੰਦੀ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਹਰ ਇੱਕ ਮੋਬਾਈਲ ਦੇ ਉੱਤੇ ਇੰਨੇ ਵੱਡੇ ਵੱਡੇ ਪਿਕਸਲ ਦੇ ਕੈਮਰਾ ਹੈਗੇ ਨੇ, ਬੰਦਾ ਕਹਿੰਦਾ ਮੈਂ ਆਪਣੀਆਂ ਫੋਟੋਗ੍ਰਾਫਸ ਆਪ ਹੀ ਤਿਆਰ ਕਰ ਲਾਂਗਾ, ਮੈਜਰਮੈਂਟ ਕਰਨੀ ਹੈਗੀ ਮੈਂ ਕਰ ਲਾਂਗਾ, ਲੇਕਿਨ ਤੁਹਾਡੀ ਜਿਹੜੀ ਸਰਵਿਸਿਜ਼ ਕਿਉਂ ਜ਼ਰੂਰਤ ਹੁੰਦੀ ਹੈ ਉਸ ਚੀਜ਼? ਨਹੀਂ, ਸਾਡਾ ਇਸ ਤਰ੍ਹਾਂ ਹੈ ਕਿ ਸਾਡਾ ਕੈਮਰਾ ਜਿਹੜਾ ਹੈਗਾ ਜੀ ਮੈਟਰਪੋਰਟ ਦਾ ਜੀ, ਇਹ 360 ਡਿਗਰੀ ਫੋਟੋਜ਼ ਲੈਂਦਾ ਹੈ। ਅਸੀਂ ਇੱਕ ਕਾਰਨਰ 'ਤੇ ਖੜ੍ਹੇ ਹੋ ਕੇ ਚਾਰੋਂ ਤਰਫ ਦੀ ਉਹਦੀ ਫੋਟੋ ਲੈ ਸਕਦੇ ਹਾਂ। ਅੱਛਾ ਜੀ, ਹਾਂ, ਅਤੇ ਫਿਰ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਕਿਹੜੇ ਐਂਗਲ ਦੀ ਫੋਟੋ ਅਸੀਂ ਦਿਖਾਉਣੀ ਹੈ ਕਸਟਮਰ ਨੂੰ, ਜਾਂ ਕਿਹੜੇ ਐਂਗਲ ਦੀ ਫੋਟੋ ਰੀਅਲਟਰ ਨੂੰ ਚਾਹੀਦੀ ਹੈ, ਜਾਂ ਕੀ ਉਹਦੇ 'ਚ ਤੁਸੀਂ ਸ਼ੋਅ ਕਰਨਾ ਹੈ, ਤੁਸੀਂ ਕਿਚਨ ਸ਼ੋਅ ਕਰਨੀ ਹੈ ਤੇ ਕਿਸ ਤਰ੍ਹਾਂ ਸ਼ੋਅ ਕਰਨੀ ਹੈ, ਤੁਸੀਂ ਲਿਵਿੰਗ ਰੂਮ ਸ਼ੋਅ ਕਰਨਾ ਤੇ ਕਿਸ ਤਰ੍ਹਾਂ ਕਰਨਾ ਹੈ, ਔਰ ਡਾਇਨਿੰਗ ਰੂਮ ਹੈ ਉਹਦੀ ਕਿਸ ਤਰ੍ਹਾਂ ਦੀ ਹੈਗੀ ਗੈਟਅਪ, ਉਹ ਸਾਰੀ ਅਸੀਂ ਉਹਨਾਂ ਫੋਟੋਆਂ ਤੋਂ ਲੈਂਦੇ ਹਾਂ। ਅਸੀਂ ਇੱਕ ਘਰ ਦੇ ਵਿੱਚ ਤਕਰੀਬਨ 50 ਜਗ੍ਹਾ ਤੋਂ ਇਹ ਫੋਟੋ ਲਈ ਦੀਆਂ ਨੇ। ਅੱਛਾ, ਕਿ ਅਸੀਂ ਹਰ ਐਂਗਲ ਤੋਂ ਹਰ ਜਗ੍ਹਾ ਤੋਂ ਅਸੀਂ ਦਿਖਾ ਸਕੀਏ ਕਿ ਵੀ ਕੀ ਘਰ ਕਿਸ ਤਰ੍ਹਾਂ ਦਾ ਹੈਗਾ। ਓਕੇ, ਇਹਦੇ ਵਿੱਚ ਜਿੱਦਾਂ ਤੁਸੀਂ ਇਹ ਕੈਮਰਾ ਦੀ ਗੱਲ ਕਰਦੇ ਹੋ ਵੀ ਤੁਹਾਡੇ ਕੋਲ ਇੱਕ ਸਪੈਸ਼ਲ ਤਰ੍ਹਾਂ ਦਾ ਕੈਮਰਾ ਹੈਗਾ, ਇਹਦੇ ਵਿੱਚ ਇੱਕ ਘਰ ਦੇ ਵਿੱਚ ਜਦੋਂ ਆਪਾਂ ਕਰਦੇ ਹਾਂ ਫੋਟੋਗ੍ਰਾਫੀ ਦੀ ਗੱਲ ਹੁੰਦੀ ਹੈ, ਤਾਂ ਹਰ ਇੱਕ ਕੋਨਾ ਜਦੋਂ ਇੱਕ ਹਰ ਇੱਕ ਕੋਨਾ ਸ਼ੋਅ ਕਰਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਕਿਸੇ ਨੇ ਇਹ ਮੇਨ ਜ਼ਿਆਦਾ ਸੈਲਿੰਗ ਪੁਆਇੰਟ ਉਹਦੇ ਨਾਲ ਯੂਜ਼ ਹੁੰਦਾ ਹੈ। ਮੇਨਲੀ ਕੀ ਹੈ ਕਿ ਸਾਨੂੰ ਫਲੋਰ ਪਲਾਨ ਬਣਾਉਣ ਵਾਸਤੇ, ਮੇਜਰਮੈਂਟਸ ਲੈਣ ਵਾਸਤੇ, ਔਰ ਫੋਟੋਜ਼ ਵਾਸਤੇ ਜੀ। ਫੋਟੋਜ਼ ਅਸੀਂ ਕਿਸੇ ਵੀ ਐਂਗਲ ਤੋਂ ਕਿਸੇ ਜਗ੍ਹਾ ਤੋਂ ਵੀ ਅਸੀਂ ਉਹਦੀ ਫੋਟੋ ਤੋਂ ਉਹਨੂੰ ਦਿਖਾ ਸਕਦੇ ਹਾਂ ਕਿ ਵੀ ਦੇਖੋ ਜੀ ਇਹ ਕਮਰਾ ਜਿਹੜਾ ਹੈਗਾ ਉਹ ਇੱਥੋਂ ਰੱਖੋਗੇ ਤਾਂ ਇਸ ਤਰ੍ਹਾਂ ਨਜ਼ਰ ਆਏਗਾ, ਇੱਥੇ ਦੇਖੋਗੇ ਤਾਂ ਇਸ ਤਰ੍ਹਾਂ ਨਜ਼ਰ ਆਏਗਾ। ਇਹਦੀ ਜ਼ਰੂਰਤ ਕੀ ਪੈਂਦੀ ਹੈ ਸਰ, ਵੀ ਇਹਦੀ ਜ਼ਰੂਰਤ ਕੀ ਹੈ? ਜਿਵੇਂ ਕਿਸੇ ਨੇ ਫੋਟੋਗ੍ਰਾਫੀ ਕਰਨੀ ਹੈ ਨਾ, ਤੁਸੀਂ ਕਰਦੇ ਹੋ ਇਸ ਚੀਜ਼ ਨੂੰ, ਜ਼ਰੂਰਤ ਕਿਸ ਪਰਪਜ਼ ਲਈ ਪੈਂਦੀ ਹੈ? ਦੇਖੋ ਜੀ, ਤੁਸੀਂ ਕੋਈ ਵੀ ਚੀਜ਼ ਤੁਸੀਂ ਵੇਚਣ ਜਾਓ ਕਿ ਵੀ ਕਿਸ ਤਰ੍ਹਾਂ ਤੁਸੀਂ ਉਹਨੂੰ ਪ੍ਰੈਜੈਂਟ ਕਰਦੇ ਹੋ ਜੀ, ਉਹ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ ਜੀ। ਕਿਉਂਕਿ ਘਰ ਦੇ ਵਿੱਚ ਤੁਸੀਂ ਘਰ ਸੇਲ ਕਰ ਰਹੇ ਹੋ, ਤੁਸੀਂ ਉੱਤੇ ਕਿਸੇ ਦਿਖਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੇਰੇ ਘਰ ਦੇ ਵਿੱਚ ਇਹ ਚੀਜ਼ ਜ਼ਿਆਦਾ ਅੱਛੀ ਹੈ, ਮੇਰੇ ਘਰ ਦੇ ਵਿੱਚ ਇਹ ਚੀਜ਼ ਜ਼ਿਆਦਾ ਅੱਛੀ ਹੈ ਜੀ, ਜਾਂ ਇਸ ਘਰ ਦੇ ਵਿੱਚ ਇਹ ਪਲੱਸ ਪੁਆਇੰਟ ਹੈ, ਠੀਕ ਹੈ, ਤੇ ਉਹ ਤੁਸੀਂ ਜਿੰਨੇ ਤੱਕ ਤੁਸੀਂ ਅੱਛੀ ਤਰ੍ਹਾਂ ਪ੍ਰੈਜੈਂਟ ਨਹੀਂ ਕਰੋਗੇ ਜੀ, ਉਹ ਤੁਹਾਡਾ ਘਰ ਕਿਸ ਤਰ੍ਹਾਂ ਸੇਲ ਹੋਏਗਾ। ਲਾਈਕ ਵੀ ਕਿਸੇ ਨੂੰ ਘਰ ਸੇਲ ਦੇਣਾ ਹੁਣ, ਕਿਉਂਕਿ ਅੱਜ ਕੱਲ੍ਹ ਮੈਨੂੰ ਲੱਗਦਾ ਜਿਵੇਂ ਕੋਵਿਡ ਦਾ ਜ਼ਮਾਨਾ ਹੈਗਾ ਵੀ ਲੋਕੀ ਫਿਜ਼ੀਕਲੀ ਆਉਣ ਤੋਂ ਥੋੜ੍ਹਾ ਜਿਹਾ ਡਰਦੇ ਨੇ ਜਾਂ ਲੋਕੀ ਬੁਲਾਉਣ ਤੋਂ ਡਰਦੇ ਨੇ, ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਫਾਇਦੇਮੰਦ ਨੇ ਜੀ? ਹਾਂਜੀ, ਕਿਉਂਕਿ ਫੋਟੋਜ਼ ਜਿਹੜੀਆਂ ਨੇ ਉਹ ਕਿਸੇ ਜਗ੍ਹਾ ਦੇ ਉੱਤੇ ਡਿਸੈਪਟਿਵ ਹੋ ਸਕਦੀਆਂ ਨੇ। ਓਕੇ, ਅਤੇ ਤੁਸੀਂ ਜਦੋਂ ਵਾਕ ਥਰੂ ਕਰਦੇ ਹੋ ਤਾਂ ਤੁਸੀਂ ਉਹਦਾ ਪੂਰਾ ਵਾਕ ਥਰੂ ਕਰਦੇ ਹੋ। ਫੋਟੋਜ਼ ਕਈ ਵਾਰ ਕੀ ਹੁੰਦਾ ਕਿ ਤੁਸੀਂ ਵਾਈਡ ਐਂਗਲ ਤੋਂ ਲੈ ਲੈਂਦੇ ਹੋ, ਕਈ ਵਾਰ ਤੁਸੀਂ ਜ਼ੂਮ ਕਰਕੇ ਲੈ ਲੈਂਦੇ ਹੋ, ਤੁਸੀਂ ਉਸ ਤਰ੍ਹਾਂ ਕਰਕੇ, ਤਾਂ ਉਹ ਥੋੜ੍ਹਾ ਜਿਹਾ ਜਿਹੜਾ ਹੈ ਉਹਨਾਂ ਨੂੰ ਅੱਛਾ ਨਹੀਂ ਹੁੰਦਾ।
ਪਰ ਜਦੋਂ ਵਾਕ ਥਰੂ ਕਰਨੇ ਆ ਜਾਂ ਜਿਹੜੀ ਅਸੀਂ ਇਸ ਕੈਮਰੇ ਨਾਲ ਫੋਟੋ ਲੈਣੇ ਆ ਉਹ ਸਾਰੇ ਇੱਕੋ ਉਹਦੇ ਉੱਤੇ ਲੈਣੇ ਆ ਕਿਉਂਕਿ ਮੈਂ ਦੇਖਦੇ ਹਾਂ ਮੈਂ 100% ਸ਼ੋਰ ਨਹੀਂ ਹੈਗਾ ਲੇਕਿਨ ਇੱਕ ਅਗਰ ਆਪਣਾ ਮੇਰੇ ਆਪ ਦੇ ਐਕਸਪੀਰੀਅੰਸ ਦੀ ਗੱਲ ਕਰੀਏ ਜਦੋਂ ਆਪਾਂ ਕਿਸੇ ਦੀ ਕੈਮਰੇ ਕੋਈ ਚੀਜ਼ ਦੀ ਫੋਟੋ ਲੈਂਦੇ ਹਾਂ ਕਲਰ ਵੀ ਥੋੜ੍ਹੇ ਚੇਂਜ ਹੋ ਜਾਂਦੇ ਨੇ ਕੁਛ ਨਾ ਕੁਛ ਡਾਇਮੈਂਸ਼ਨਸ ਅੱਗੇ ਪਤਾ ਨਹੀਂ ਲੱਗਦੀਆਂ ਤਾਂ ਇਹਦੇ ਵਿੱਚ ਕੀ ਤਕਰੀਬਨ ਐਕੂਰੇਸੀ ਆਉਂਦੀ ਹੈ ਇਹਦੇ ਵਿੱਚ ਕੀ ਇਹਦੇ 'ਚ ਜ਼ਿਆਦਾਤਰ ਐਕੂਰੇਸੀ ਆਉਂਦੀ ਹੈ ਜ਼ਿਆਦਾ ਬੈਟਰ ਆਪਸ਼ਨ ਜੀ ਪਰ ਕਈ ਵਾਰੀ ਕਲਰਸ ਦਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਕਿਉਂਕਿ ਸਨਲਾਈਟ ਦਾ ਕਲਰ ਜਾਂ ਤੁਹਾਡੇ ਅੰਦਰ ਦੀ ਲਾਈਟ ਦਾ ਤੁਸੀਂ ਯੈਲੋ ਲਾਈਟ ਲਗਾਈ ਹੋਈ ਹੈ ਵਾਈਟ ਲਾਈਟ ਲਗਾਈ ਹੋਈ ਹੈ ਜੀ ਉਹਦੇ ਨਾਲ ਤੁਹਾਡੇ ਕਲਰਸ ਥੋੜ੍ਹੇ ਜਿਹੇ ਡਿਫਰੈਂਟ ਹੋ ਜਾਂਦੇ ਨੇ ਥੋੜ੍ਹੇ ਡਿਫਰੈਂਟ ਹੋ ਜਾਂਦੇ ਨੇ ਲੇਕਿਨ ਇੱਕ ਐਕਚੁਅਲ ਦੇ ਵਿੱਚ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਕੀ ਚੀਜ਼ਾਂ ਤਿਆਰ ਹੋ ਸਕਦੀਆਂ ਨੇ ਇਹਦੇ ਵਿੱਚ ਕੀ ਪ੍ਰੈਜੈਂਟੇਸ਼ਨ ਬਣਦੀ ਹੈ ਸਰ ਇਹਦੇ ਵਿੱਚ ਉਹ ਬਿਲਕੁਲ ਸਾਰਾ ਮਤਲਬ ਕਲਰਸ ਵਗੈਰਾ ਤਾਂ ਅਸੀਂ ਨਹੀਂ ਚੇਂਜ ਕਰ ਸਕਦੇ ਰਾਈਟ ਜੀ ਕਿ ਅਸੀਂ ਫੋਟੋਸ਼ਾਪ ਨਹੀਂ ਕਰਦੇ ਜੀ ਤੇ ਕਲਰਸ ਤੇ ਉਹੀ ਰਹਿਣਗੇ ਜਿਹੜੇ ਕਿ ਉਹਦੇ ਵਿੱਚ ਆਉਂਦੇ ਨੇ ਜੀ ਬਾਕੀ ਅਸੀਂ ਐਂਗਲ ਚੇਂਜ ਕਰ ਸਕਦੇ ਹਾਂ ਅਸੀਂ ਉਹਦਾ ਡਿਸਟੈਂਸ ਚੇਂਜ ਕਰ ਸਕਦੇ ਹਾਂ ਜ਼ੂਮ ਕਰ ਸਕਦੇ ਹਾਂ ਜੀ ਵਾਈਡ ਐਂਗਲ ਕਰ ਸਕਦੇ ਹਾਂ ਤਾਂ ਕਿ ਉਹਨੂੰ ਦਿਖਾ ਸਕੋ ਕਿ ਵੀ ਕਿਸ ਤਰ੍ਹਾਂ ਦੀ ਚੀਜ਼ ਹੈਗੀ ਜੀ ਤਾਂ ਦੋਸਤੋ ਯਸ਼ ਜੀ ਜੁੜੇ ਹੋਏ ਨੇ ਸਾਡੇ ਨਾਲ ਯਸ਼ ਪਿੱਕੀ ਓਪਨ ਹਾਊਸ ਤੋਂ ਸਾਡੇ ਨਾਲ ਆਰ ਐਮ ਐਸ ਮੇਜਰਮੈਂਟ ਦੇ ਲਈ ਜਾਂ ਫਿਰ ਫੋਟੋਗ੍ਰਾਫੀ ਦੇ ਲਈ ਸਪੈਸ਼ਲੀ ਸਾਡੇ ਜਿਹੜੇ ਰਿਐਲਟਰਸ ਨੇ ਜਾਂ ਫਿਰ ਸਾਡੇ ਬਿਲਡਰਸ ਨੇ ਜਾਂ ਫਿਰ ਕੋਈ ਵੀ ਡਾਇਰੈਕਟਲੀ ਆਪਣੇ ਘਰ ਨੂੰ ਜਿਹੜਾ ਸੇਲ ਕਰਨਾ ਚਾਹੁੰਦਾ ਹੈਗਾ ਸੈਲਿੰਗ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਆਪਣੇ ਘਰ ਦੀ ਪ੍ਰੈਜੈਂਟੇਸ਼ਨ ਵਧੀਆ ਜਿਹੜੀ ਹੁੰਦੀ ਹੈ ਘਰ ਖੂਬਸੂਰਤ ਹੁੰਦਾ ਉਹਦੀ ਪ੍ਰੈਜੈਂਟੇਸ਼ਨ ਵੀ ਉਨੀ ਵਧੀਆ ਹੋਣੀ ਚਾਹੀਦੀ ਹੈ ਉਹਦੇ ਲਈ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਇਹਨਾਂ ਤੋਂ ਹੈਲਪ ਲੈ ਸਕਦੇ ਹੋ ਇਹਨਾਂ ਦੇ ਹੈਲਪਲਾਈਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ ਮੈਂ ਇੱਕ ਦਫ਼ਾ ਦੱਸ ਵੀ ਦੇਣਾ ਚਾਹੁੰਦਾ ਤੁਸੀਂ ਨੋਟ ਕਰ ਸਕਦੇ ਹੋ 7802936783 ਨੰਬਰ ਤੁਸੀਂ ਦੁਬਾਰਾ ਨੋਟ ਕਰ ਸਕਦੇ ਹੋ 7802937683 ਇਸ ਨੰਬਰ ਤੇ ਤੁਸੀਂ ਜਿਹੜੀ ਹੈਗੀ ਹੈ ਕਾਲ ਕਰਕੇ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਹੈਲਪ ਲਿੱਤੀ ਜਾ ਸਕਦੀ ਹੈ ਅੱਛਾ ਸਰ ਇਹਦੇ ਵਿੱਚ ਕਿੰਨੀਆਂ ਕੁ ਤੁਸੀਂ ਇੱਕ ਘਰ ਦੀ ਅਗਰ ਆਪਾਂ ਗੱਲ ਕਰਦੇ ਹਾਂ ਕਿੰਨੀਆਂ ਕੁ ਫੋਟੋਗ੍ਰਾਫੀ ਹੁੰਦੀ ਹੈ ਕਿੰਨੀ ਕੁ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਜਾਂ ਹੋਰ ਵੀਡੀਓਜ਼ ਵੀ ਬਣਦੀਆਂ ਹੋਣਗੀਆਂ ਇਹਦੇ ਵਿੱਚ ਤੇ ਵੀਡੀਓ ਵੀ ਬਣਦੀ ਹੈ ਉਹਦੀ ਵੀਡੀਓ ਅਸੀਂ 3D ਟੂਰ ਹੀ ਕਹਿੰਦੇ ਹਾਂ ਉਹ ਅਸੀਂ ਆਪ ਬਣਾ ਕੇ ਦਿੰਦੇ ਹਾਂ ਕਿ ਵੀ ਕਿਸ ਤਰ੍ਹਾਂ ਤੁਸੀਂ ਰੂਮ ਦੇ ਅੰਦਰ ਅੰਦਰ ਜਾਓਗੇ ਕਿਸ ਰੂਮ ਦੇ ਵਿੱਚ ਜਾਓਗੇ ਰੂਮ ਕਿਸ ਤਰ੍ਹਾਂ ਲੱਗੇਗਾ ਇਸ ਕਾਰਨਰ ਤੋਂ ਕਿਸ ਤਰ੍ਹਾਂ ਲੱਗੇਗਾ ਜੀ ਔਰ ਉਹ ਅਸੀਂ 3D ਟੂਰ ਬਣਾ ਕੇ ਦਿੰਦੇ ਹਾਂ ਬਾਕੀ ਅਸੀਂ ਫੋਟੋਜ਼ ਦਿੰਦੇ ਹਾਂ 50-60 ਫੋਟੋ ਦੇ ਦਿੰਦੇ ਹਾਂ ਕਿਹੜੀ ਫੋਟੋ ਜ਼ਿਆਦਾ ਅੱਛੀ ਲੱਗਦੀ ਹੈ ਜਾਂ ਕਿਹੜੀ ਫੋਟੋ ਜ਼ਿਆਦਾ ਸ਼ੋਅ ਕਰਨਾ ਚਾਹੁੰਦਾ ਓਕੇ ਅਸੀਂ ਉਸ ਹਿਸਾਬ ਨਾਲ ਫਿਰ ਫੋਟੋਜ਼ ਉਹਨਾਂ ਨੂੰ ਦੇ ਦਿੰਦੇ ਹਾਂ ਓਕੇ ਇਹਦੇ ਵੀਡੀਓਗ੍ਰਾਫੀ ਕਿੱਦਾਂ ਹੁੰਦੀ ਹੈ ਸਰ ਵੀਡੀਓਗ੍ਰਾਫੀ ਕੀ ਹੁੰਦੀ 3D ਦੇ ਵਿੱਚ ਕਿੱਦਾਂ ਦੀ ਵੀਡੀਓਗ੍ਰਾਫੀ ਕਰਦੇ ਹੋ ਤੁਸੀਂ 3D ਇਸ ਤਰ੍ਹਾਂ ਕਿ ਅਸੀਂ ਕਾਰਨਰ ਤੋਂ ਕੈਮਰੇ ਦੀ ਫੋਟੋ ਲੈਂਦੇ ਹਾਂ ਜੀ ਫਿਰ ਅਸੀਂ ਜਿਹੜੇ ਤੋਂ ਦੂਸਰੇ ਕਾਰਨਰ ਤੇ ਚਲੇ ਜਾਂਦੇ ਹਾਂ ਤੇ ਉਹਦਾ ਵੀਡੀਓ ਜਿਹੜਾ ਉਹ ਦੂਸਰੇ ਕਾਰਨਰ ਤੋਂ ਫਿਰ ਦਿਖਾ ਦਿੰਦਾ ਆਟੋਮੈਟਿਕਲੀ ਮੂਵ ਕਰਕੇ ਓਕੇ ਤੇ ਉਸ ਕਰ ਤਰ੍ਹਾਂ ਤੁਹਾਨੂੰ ਜਿਹੜਾ ਪੂਰਾ ਘਰ ਚਾਰੋਂ ਐਂਗਲੋਂ ਤੋਂ ਔਰ ਕਿਚਨ ਬੈਡਰੂਮ ਮਾਸਟਰ ਬੈਡਰੂਮ ਸਾਰੇ ਅਸੀਂ ਉਹਦੇ ਵਿੱਚ ਦਿਖਾ ਸਕਦੇ ਹਾਂ ਓਕੇ ਰਾਈਟ ਫਰੋਮ ਸਟਾਰਟਿੰਗ ਜੀ ਐਂਟਰੈਂਸ ਡੋਰ ਤੋਂ ਜੀ ਬਿਲਕੁਲ ਅੱਛਾ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਕਾਫੀ ਲੋਕ ਜਿਨ੍ਹਾਂ ਨੇ ਹੁਣ ਘਰ ਸੇਲ ਕਰਨਾ ਹੈਗਾ ਇਹ ਹਰ ਇੱਕ ਬੰਦਾ ਜਿਹਨੇ ਸੈਲਿੰਗ ਪੁਆਇੰਟ ਆਫ ਵਿਊ ਦੇ ਨਾਲ ਹਰ ਇੱਕ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਚਾਹੇ ਇੱਕ ਨਵਾਂ ਘਰ ਹੋਵੇ ਜਾਂ ਕਿਸੇ ਨੇ ਪੁਰਾਣਾ ਘਰ ਹੋਵੇ ਕੁਛ ਇਹਦੇ ਵਿੱਚ ਕੋਈ ਕੰਡੀ ਵੀ ਕਿਸੇ ਵੀ ਘਰ ਦਾ ਦੇਖੋ ਅਗਰ ਤੁਸੀਂ ਫੋਟੋਆਂ ਦਿਖਾਉਣੀਆਂ ਨੇ MLS ਲਿਸਟਿੰਗ ਵਾਸਤੇ ਕੋਈ ਵੀ ਰੀਅਲਟਰ ਜਿਹੜਾ ਹੈ ਜੀ ਉਹਨੂੰ ਫੋਟੋਆਂ ਦੀ ਉਹਨੂੰ ਜ਼ਰੂਰਤ ਹੁੰਦੀ ਹੈ RMS ਮੈਜਰਮੈਂਟਸ ਦੀ ਔਰ ਫਲੋਰ ਪਲਾਨ ਦੀ ਜੀ ਇਹ ਜ਼ਰੂਰੀ ਹੁੰਦੀ ਹੈ ਓਕੇ ਫੋਟੋਆਂ ਤੇ ਜਿੰਨੀ ਮਰਜ਼ੀ ਤੁਸੀਂ ਕਿਸੇ ਐਂਗਲ ਤੋਂ ਵੀ ਲੈ ਲਓ ਜੀ ਲੇਕਿਨ RMS ਮੈਜਰਮੈਂਟਸ ਔਰ ਉਹ ਬਹੁਤ ਜ਼ਰੂਰੀ ਨੇ ਐਜ਼ ਪਰ ਰਿਕਾ ਰਿਕੁਆਇਰਮੈਂਟ ਜੀ ਕੋਈ ਵੀ ਰੀਅਲਟਰ ਜਿਹੜਾ ਹੈ ਉਸ ਤੋਂ ਬਿਨਾਂ ਉਹਨੂੰ ਲਿਸਟ ਨਹੀਂ ਕਰ ਸਕਦਾ ਓਕੇ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੋਈ ਹੁੰਦੀ ਹਾਂਜੀ ਬਿਲਕੁਲ ਅੱਛਾ ਇਹਦੇ ਵਿੱਚ ਕੁਝ ਹੋਰ ਪੁਆਇੰਟਸ ਹੁੰਦੇ ਨੇ ਜਦੋਂ ਤੁਸੀਂ ਕਿਸੇ ਘਰ ਦੀ ਫੋਟੋਗ੍ਰਾਫੀ ਕਰਨ ਜਾਂਦੇ ਹੋ ਤੁਹਾਨੂੰ ਵੀ ਕੁਝ ਰਿਕੁਆਇਰਮੈਂਟ ਹੁੰਦੀ ਆ ਉਸ ਘਰ ਦੇ ਜੋ ਚਾਹੇ ਓਨਰ ਪ੍ਰਤੀ ਜਾਂ ਫਿਰ ਉਸ ਬਿਲਡਰ ਦੇ ਪ੍ਰਤੀ ਜਾਂ ਰੀਅਲਟਰ ਦੇ ਪ੍ਰਤੀ ਤੁਹਾਡੀ ਵੀ ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ ਵੀ ਇਹ ਕੰਡੀਸ਼ਨਸ ਦੇ ਮੁਤਾਬਿਕ ਹੀ ਤੁਸੀਂ ਇੱਕ ਜਿਹੜੀ ਫੋਟੋਗ੍ਰਾਫੀ ਇੱਕ ਪ੍ਰੋਪਰ ਕਰ ਸਕਦੇ ਹੋ ਦੇਖੋ ਸਾਡੀ ਰਿਕੁਆਇਰਮੈਂਟ ਜਿਹੜੀ ਹੈਗੀ ਇਹ ਕਿ ਘਰ ਸਾਫ਼ ਸੁਥਰਾ ਹੋਣਾ ਚਾਹੀਦਾ ਜੀ ਕਾਊਂਟਰਸ ਵਗੈਰਾ ਨੇ ਜਿਹੜੇ ਉਹ ਬਿਲਕੁਲ ਠੀਕ ਹੋਣੇ ਚਾਹੀਦੇ ਨੇ ਜੀ ਉਹਨਾਂ ਦੇ ਉੱਤੇ ਕੋਈ ਐਕਸਟਰਾ ਸਟੱਫ ਨਹੀਂ ਪਿਆਉਣਾ ਚਾਹੀਦਾ ਕੋਈ ਐਕਸਟਰਾ ਸਮਾਨ ਨਾ ਪਿਆ ਹੋਏ ਕਿ ਜਿਹੜਾ ਤੁਸੀਂ ਦਿਖਾਉਣਾ ਨਹੀਂ ਚਾਹੁੰਦੇ ਇੱਕ ਤੇ ਹੁੰਦਾ ਕਿ ਜ਼ਿਆਦਾ ਲੱਗੇ ਜੀ ਉਹਦੇ ਤੇ ਜੀ ਤਾਂ ਜਿੰਨਾ ਖਾਲੀ ਕਾਊਂਟਰ ਹੋਏਗਾ ਜਿੰਨਾ ਖਾਲੀ ਜਗ੍ਹਾ ਹੋਏਗੀ ਉਹਨਾਂ ਘਰ ਵੱਡਾ ਲੱਗਦਾ ਓਕੇ ਤੇ ਉਸ ਕਰਕੇ ਜਿਹੜਾ ਹੈ ਉਹ ਤੁਸੀਂ ਸਫਾਈ ਵਗੈਰਾ ਬਹੁਤ ਜ਼ਰੂਰੀ ਹੈ ਐਕਸਟਰਾ ਸਮਾਨ ਜਿਹੜਾ ਜ਼ਰੂਰਤ ਨਹੀਂ ਹੈਗਾ ਉਹਨੂੰ ਤੁਸੀਂ ਕਵਰਡ ਦੇ ਅੰਦਰ ਰੱਖ ਦਿਓ ਕਿਸੇ ਜਗ੍ਹਾ ਤੇ ਰੱਖ ਦਿਓ ਜੀ ਲੇਕਿਨ ਕਾਊਂਟਰ ਵਗੈਰਾ ਉਹ ਸਭ ਸਾਫ਼ ਹੋਣੇ ਚਾਹੀਦੇ ਆ ਓਕੇ ਇਹਦੇ ਵਿੱਚ ਸਰ ਟਾਈਮ ਕਿੰਨਾ ਕੁ ਲੱਗਦਾ ਸਪੋਜ਼ ਕਿਸੇ ਨੇ ਕਰਵਾਉਣਾ ਹੁੰਦਾ ਕੋਈ ਘਰ ਜਿਵੇਂ ਕੋਈ ਰਹਿ ਰਹੇ ਨੇ ਉਹਨਾਂ ਨੇ ਆਪਣਾ ਸੇਲ ਦੇ ਲਈ ਕਰਨਾ ਕੋਈ ਕਹਿੰਦਾ ਵੀ ਮੈਂ ਕਿਸੇ ਨੂੰ ਬੁਲਾਵਾਂਗਾ ਕਿੰਨਾ ਕੁ ਟਾਈਮ ਤੁਹਾਨੂੰ ਚਾਹੀਦਾ ਹੁੰਦਾ ਇਹਦੇ ਲਈ ਦੇਖੋ ਜੀ ਜੇ ਤੇ ਕੋਈ ਕੌਂਡੋਮੀਨੀਅਮ ਹੁੰਦਾ ਜੀ ਸਮਝੋ 1000 ਫੁੱਟ ਦਾ ਹੋਇਆ ਕੌਂਡੋਮੀਨੀਅਮ ਇੱਕੋ ਫਲੋਰ ਤੇ ਜੀ
ਉਹਦੇ ਤੇ ਤਕਰੀਬਨ ਅੱਧਾ ਘੰਟਾ ਪੌਣਾ ਘੰਟਾ ਲੱਗਦਾ। ਅੱਛਾ ਜੀ। ਤੇ ਉਸ ਤੋਂ ਬਾਅਦ ਤੁਸੀਂ ਘਰ ਹੈਗਾ ਜਿਹੜਾ 2500 ਸਕੁਅਰ ਫੀਟ ਦਾ ਜੀ, ਉਹਦੇ 'ਚ ਤੁਸੀਂ 1 ਘੰਟੇ ਤੋਂ 1.5 ਘੰਟਾ ਲੈ ਕੇ ਚੱਲੋ। ਓਕੇ, ਇਹ ਮਤਲਬ ਕਿ ਕੋਈ ਐਡਾ ਜ਼ਿਆਦਾ ਟਾਈਮ ਨਹੀਂ ਹੈਗਾ, 1 ਤੋਂ 1.5 ਘੰਟੇ ਦੇ ਵਿੱਚ? 1.5 ਘੰਟੇ ਦੇ ਵਿੱਚ ਉਹਦਾ ਹਰ ਕਾਰਨਰ ਤੋਂ ਅਸੀਂ ਫੋਟੋ ਲੈ ਲੈਂਦੇ ਹਾਂ, ਹਰ ਕਾਰਨਰ ਸਾਰੀ ਚੀਜ਼ ਲੈ ਲੈਂਦੇ ਹਾਂ। ਓਕੇ, ਮੈਜ਼ਰਮੈਂਟਸ ਲੈ ਲੈਂਦੇ ਹਾਂ ਜੀ, ਤਾਂ ਕਿ ਜਿਹੜਾ ਹੈ ਉਹ ਪ੍ਰੋਪਰਲੀ। ਕਿੰਨੀ ਦੇਰ ਦੇ ਵਿੱਚ ਫਿਰ ਤੁਸੀਂ ਤਿਆਰ ਕਰਕੇ ਦੇ ਦਿੰਦੇ ਹੋ ਉਹਨਾਂ ਨੂੰ ਫੋਟੋਗ੍ਰਾਫੀ ਤੇ? ਮੈਂ ਉਹਨਾਂ ਨੂੰ ਫੋਟੋਜ਼ ਔਰ ਜਿਹੜਾ 3D ਟੂਰ ਹੈ ਜੀ, ਉਹ ਤੇ ਸਪੋਜ਼ ਮੈਂ ਸਵੇਰੇ ਕੀਤਾ ਤੇ ਮੈਂ ਸ਼ਾਮ ਨੂੰ ਉਹਨਾਂ ਨੂੰ ਦੇ ਦੇਣਾ। ਓਕੇ, ਔਰ ਉਸ ਤੋਂ ਬਾਅਦ ਮੇਜ਼ਰਮੈਂਟਸ ਔਰ ਫਲੋਰ ਪਲਾਨ ਜਿਹੜਾ ਹੈ ਉਹ, ਕਿਉਂਕਿ ਮੈਟਰਪੋਰਟ ਤੋਂ ਆਉਂਦੇ ਨੇ ਜੀ, ਉਹ ਲੈਂਦੇ ਨੇ 24 ਘੰਟੇ। ਓਕੇ, ਉਹ ਉਹਨਾਂ ਦਾ ਹੈਗਾ ਕਿ ਵੀ 24 ਘੰਟੇ ਦੇ ਅੰਦਰ ਅੰਦਰ ਅਸੀਂ ਤੁਹਾਨੂੰ ਸਪਲਾਈ ਕਰ ਦਿਆਂਗੇ। ਲਾਈਕ 1 ਤੋਂ 2 ਦਿਨ ਦੇ ਵਿੱਚ ਸਾਰੀ ਕੰਪਲੀਟ? 1 ਦਿਨ ਦੇ ਵਿੱਚ ਹੀ ਹੋ ਜਾਂਦਾ, 24 ਘੰਟੇ ਦੇ ਅੰਦਰ ਅੰਦਰ ਸਾਰੀ ਚੀਜ਼ ਸਪਲਾਈ ਕਰ ਦਿਆਂਗੇ, ਸਾਰੀ ਕੰਪਲੀਸ਼ਨ ਹੋ ਜਾਂਦੀ ਸਾਰੀ, ਕਿਉਂਕਿ ਕਾਫੀ ਲੋਕੀ ਅੱਜ ਕੱਲ ਥੋੜਾ ਜਿਹਾ, ਕਿਉਂਕਿ ਵਿੰਟਰਸ ਆ ਰਹੀਆਂ ਨੇ, ਸਮਰਸ ਨੂੰ ਲੈ ਕੇ ਥੋੜਾ ਜਿਹਾ ਕਿ ਹੈਗੇ ਨੇ, ਫਾਲ ਸ਼ੁਰੂ ਹੋ ਗਿਆ, ਬਈ ਕਿਤੇ ਨਾ ਕਿਤੇ ਵੀ ਜਲਦਬਾਜ਼ੀ ਦੇ ਵਿੱਚ ਮੈਂ ਘਰ ਕਾਹਲੀ ਦੇ ਵਿੱਚ ਇੱਕਦਮ ਵੀ ਕੋਈ ਕਹਿੰਦਾ ਵੀ ਮੈਂ ਵੇਚਣਾ ਹੈਗਾ, ਤਾਂ ਜ਼ਰੂਰ ਤੁਸੀਂ ਦੋਸਤੋ ਯਸ਼ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ, ਇਹਨਾਂ ਦਾ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀਆਂ। ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਹਰ ਇੱਕ ਚੀਜ਼ ਨੂੰ, ਤੁਸੀਂ ਕੋਈ ਵੀ ਕਹਿੰਦੇ ਨੇ ਵੀ ਫਸਟ ਇੰਪਰੈਸ਼ਨ ਇਜ਼ ਅ ਲਾਸਟ ਇੰਪਰੈਸ਼ਨ ਗੱਲ ਹੁੰਦੀ ਹੈ, ਵੀ ਜਦੋਂ ਪਹਿਲਾ ਇੰਪਰੈਸ਼ਨ ਤੁਹਾਡਾ ਵਧੀਆ ਹੁੰਦਾ ਤਾਂ ਉਹ ਅੱਜ ਕੱਲ੍ਹ ਕਿਤੇ ਨਾ ਕਿਤੇ ਲੋਕਲ ਸੋਸ਼ਲ ਮੀਡੀਆ ਦਾ ਬਹੁਤ ਜ਼ਮਾਨਾ ਹੈ, ਇਹਨੂੰ ਯੂਜ਼ ਕਿੱਥੇ ਕਿੱਥੇ ਕਰ ਸਕਦੇ ਹਾਂ ਸਰ? ਜਿੱਦਾਂ ਬਈ ਜਿਵੇਂ 3D ਵੀਡੀਓਜ਼ ਹੋ ਗਈਆਂ ਤੁਹਾਡੀਆਂ, ਮੈਨੂੰ ਲੱਗਦਾ ਸਾਰੀਆਂ ਸੋਸ਼ਲ ਮੀਡੀਆ, ਗੂਗਲ, ਇਹਨਾਂ ਚੀਜ਼ਾਂ ਤੇ ਕਿਸੇ ਜਗ੍ਹਾ ਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ। ਇਹਦੇ ਵਿੱਚ ਸਰ MLS ਦੇ ਵਿੱਚ ਇਹ ਹੁੰਦਾ ਕਿ MLS ਦੇ ਵਿੱਚ ਤੁਸੀਂ ਬ੍ਰਾਂਡਿੰਗ ਨਹੀਂ ਕਰ ਸਕਦੇ। ਓਕੇ, ਉਹਦੇ ਵਿੱਚ ਮੇਰਾ ਨਾਮ ਵੀ ਨਹੀਂ ਆਏਗਾ, ਰੀਅਲਟਰ ਦਾ ਨਾਮ ਵੀ ਨਹੀਂ ਆਉਂਦਾ ਕਿ ਕਿਸਨੇ ਕਿਸ ਰੀਅਲਟਰ ਨੇ ਲਗਾਈ ਹੈ। ਜੀ ਜੀ ਜੀ। ਔਰ ਜਿਹੜੀ ਬ੍ਰਾਂਡਿੰਗ ਵਾਲੀ ਹੁੰਦੀ ਹੈ ਉਹਦੇ ਵਿੱਚ ਰੀਅਲਟਰ ਦਾ ਨਾਮ ਵੀ ਆਉਂਦਾ, ਐਡਰੈਸ ਵੀ ਆਉਂਦਾ, ਸਾਡਾ ਨਾਮ ਵੀ ਆਏਗਾ ਜੀ ਜੀ, ਅਸੀਂ ਜਦੋਂ ਕਰਨੇ ਆ ਤਾਂ ਅਸੀਂ ਦੋਨੋਂ ਲਿੰਕ ਪ੍ਰੋਵਾਈਡ ਕਰਨੇ ਆ ਜਿਸ ਵੀ ਰੀਅਲਟਰ ਨੂੰ, ਤਾਂ ਕਿ ਉਹ ਜਿਹੜੀ ਚੀਜ਼ ਨੂੰ ਐਡਵਰਟਾਈਜ਼ ਕਰਨਾ ਚਾਹੁੰਦਾ ਉਹ ਆਪਣੇ ਹਿਸਾਬ ਨਾਲ ਐਡਵਰਟਾਈਜ਼ ਕਰ ਲੇ ਜੀ। ਔਰ ਜ਼ਿਆਦਾਤਰ ਇਹਦੇ ਵਿੱਚ ਤੁਹਾਡਾ ਮਤਲਬ ਕਿ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ, ਤੁਹਾਡੀ ਜਿਹੜੀ ਜ਼ਰੂਰਤ ਹੁੰਦੀ ਹੈ, ਰੀਅਲਟਰਸ ਜ਼ਿਆਦਾ ਨੇ, ਬਿਲਡਰਸ ਜ਼ਿਆਦਾ ਨੇ, ਤੇ ਮਤਲਬ ਕਿ ਜਿਹੜਾ ਸੈਲਿੰਗ ਪੁਆਇੰਟ ਆਫ ਵਿਊ ਦੇ ਨਾਲ ਜਿਹਨੇ ਘਰ ਜਿਹੜਾ ਵੇਚਣਾ ਹੈਗਾ ਉਹਨਾਂ ਨੂੰ ਤੁਹਾਡੀ ਜ਼ਿਆਦਾ ਜ਼ਰੂਰਤ ਹੁੰਦੀ ਹੈ? ਸਾਰਿਆਂ ਨੂੰ ਹੀ ਜ਼ਰੂਰਤ ਹੁੰਦੀ ਹੈ, ਰੀਅਲਟਰਸ ਨੂੰ ਤਾਂ ਖੈਰ ਜ਼ਰੂਰਤ ਹੁੰਦੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਾਰੀ ਚੀਜ਼ ਚਾਹੀਦੀ ਨੇ ਜੀ। ਪਰ ਜੇ ਕੋਈ ਆਦਮੀ ਆਪਣੇ ਸੇਲ ਬਾਈ ਓਨਰ ਲਗਾਉਂਦਾ ਹੈ ਜੀ, ਜਾਂ ਕੋਈ ਖੁਦ ਆਪਣੇ ਆਪ ਵੇਚਣਾ ਚਾਹੁੰਦਾ ਹੈ, ਜੇ ਉਹਨੇ ਫੋਟੋ ਖਿਚਵਾਉਣੀਆਂ ਨੇ, ਉਹ ਕਈ ਵਾਰ ਕੀ ਕਰਦੇ ਨੇ ਕਿ ਕੈਮਰੇ ਨਾਲ ਆਪਣੀ ਮੋਬਾਈਲ ਫੋਨ ਨਾਲ ਫੋਟੋ ਵਗੈਰਾ ਖਿੱਚ ਕੇ ਲਗਾ ਦਿੰਦੀਆਂ, ਰਾਈਟ ਰਾਈਟ, ਪਰ ਉਹਦੇ 'ਚ ਕੀ ਹੈ ਕਿ ਉਹਨਾਂ ਨੂੰ ਪ੍ਰੋਪਰ ਪ੍ਰੈਜੈਂਟੇਸ਼ਨ ਨਹੀਂ ਮਿਲਦੀ। ਓਕੇ, ਤੇ ਜੇ ਉਹ ਵੀ ਕਰਵਾਉਣਾ ਚਾਹੁੰਦੇ ਨੇ, ਸਾਡੀ ਸਰਵਿਸਿਜ਼ ਅਵੇਲੇਬਲ ਨੇ ਉਹਨਾਂ ਨੂੰ, ਅਸੀਂ ਉਹਨਾਂ ਨੂੰ ਵੀ ਕਰ ਸਕਦੇ ਹਾਂ। ਤਾਂ ਕੋਈ ਹਾਂ, ਇਹਦੇ ਵਿੱਚ ਦੋਸਤੋ ਬਿਲਕੁਲ ਤੁਸੀਂ ਜਿਵੇਂ ਫੋਟੋਗ੍ਰਾਫੀ ਹੈ ਨਾ, RMS ਮੈਜ਼ਰਮੈਂਟ ਦੀ ਗੱਲ ਹੁੰਦੀ ਹੈ, ਕਿਉਂਕਿ ਅਸੀਂ ਘਰ ਸੇਲ ਕਰਨਾ ਹੈਗਾ, ਉਹਦੇ ਲਈ ਇਹ ਚੀਜ਼ਾਂ ਦੀ ਬਹੁਤ ਵੱਡੀ ਅਹਿਮੀਅਤ ਹੈਗੀ ਹੈ, ਵੀ ਤੁਹਾਡੀ ਪ੍ਰੈਜੈਂਟੇਸ਼ਨ ਉਹਦੇ ਨਾਲ ਤੁਹਾਡੀ ਜਿਹੜੀ ਹੈਗੀ RMS ਦੀ ਮੈਜ਼ਰਮੈਂਟ ਹੋਣੀ ਪ੍ਰੋਪਰ ਜ਼ਰੂਰੀ ਹੈਗੀ ਹੈ। ਉਹਦੇ ਲਈ ਤੁਹਾਨੂੰ ਸਰਵਿਸਿਜ਼ ਦੇਣ ਦੇ ਲਈ ਯਸ਼ ਜੀ ਦੀ ਜਿਹੜੀ ਕੰਪਨੀ ਹੈਗੀ ਹੈ, ਯਸ਼ ਪਿਕ ਈ ਓਪਨ ਹਾਊਸ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਉਹਨਾਂ ਦਾ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਚੱਲ ਰਿਹਾ, 780-293-6783, 780-293-6783। ਸਪੈਸ਼ਲੀ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰੀਅਲ ਸਟੇਟ ਇੰਡਸਟਰੀ ਦੇ ਬਾਰੇ ਵਿੱਚ ਹਰ ਇੱਕ ਉਸ ਪੱਖ ਨੂੰ ਛੂਹਿਆ ਜਾਵੇ, ਜਿਹੜੀ ਕਿ ਖਾਸ ਕਰਕੇ ਸਾਡੇ ਐਲਬਰਟਾ ਦੇ ਇੱਥੇ ਵਿਊਅਰਸ, ਐਲਬਰਟਾ ਦੀ ਜਿਹੜੀ ਪਬਲਿਕ ਹੈਗੀ ਹੈ, ਐਲਬਰਟਾ ਦੇ ਸਾਰੇ ਲੋਕ ਹੈਗੇ ਨੇ ਸਾਡੇ, ਉਹਨਾਂ ਨੂੰ ਜ਼ਰੂਰਤ ਹੁੰਦੀ ਹੈ, ਕਿਸੇ ਵੀ ਟੌਪਿਕ ਦੀ ਗੱਲ ਹੁੰਦੀ ਹੈ, ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਡੇ ਨਾਲ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਪਲੇਟਫਾਰਮ ਦੇ ਰਾਹੀਂ ਦਿੱਤੇ ਜਾਣ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ HUNNY ਹਨੀ ਵਾਲੀਆ ਸ਼ੋਜ਼ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਕਿ ਜਿਹੜੇ ਰੋਜ਼ਾਨਾ ਸਾਡੇ ਜਿਹੜੇ ਹੈਗੇ ਨੇ ਅਲੱਗ ਅਲੱਗ ਮੁੱਦਿਆਂ ਦੀ ਗੱਲ ਕਰ ਲਈਏ, ਅਲੱਗ ਅਲੱਗ ਟੌਪਿਕਸ ਦੀ ਗੱਲ ਕਰ ਲਈ, ਅਸੀਂ ਡਿਸਕਸ਼ਨ ਕਰਦੇ ਹਾਂ, ਉਹ ਤੁਹਾਡੇ ਤੱਕ ਪਹੁੰਚ ਸਕਣ ਅਤੇ ਤੁਹਾਨੂੰ ਕਿਤੇ ਨਾ ਕਿਤੇ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਕਿਤੇ ਨਾ ਕਿਤੇ ਇਨਫੋਰਮੇਸ਼ਨ ਮਿਲ ਸਕੇ। ਇਹ ਪ੍ਰੋਗਰਾਮ ਸਾਡਾ ਜਿਹੜਾ ਹੈਗਾ ਇਨਫੋਰਮੇਸ਼ਨ ਦੇ ਉੱਤੇ ਆਧਾਰਿਤ ਹੈਗਾ, ਕਿਉਂਕਿ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਐਕਸਪਰਟਸ ਦੇ ਮੁਤਾਬਿਕ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ, ਸਾਡੇ ਆਪ ਦੇ ਐਕਸਪੀਰੀਅੰਸ ਦੇ ਮੁਤਾਬਿਕ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ, ਅਸੀਂ ਕਿਸੇ ਨੂੰ ਵੀ ਸਹੀ ਜਾਂ ਕਿਸੇ ਨੂੰ ਵੀ ਗਲਤ ਠਹਿਰਾਉਂਦੇ ਨਹੀਂ ਇਸ ਪਲੇਟਫਾਰਮ ਦੇ ਉੱਤੇ ਨਹੀਂ ਬੈਠੇ। ਤਾਂ ਸਰ ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਹਾਂ, ਹਰ ਇੱਕ ਬੰਦਾ ਸੋਚਦਾ ਵੀ ਜਿਵੇਂ ਮੈਂ ਕਿਸੇ ਪ੍ਰੋਫੈਸ਼ਨਲ ਤੋਂ ਕੰਮ ਕਰਵਾਉਣਾ ਕੋਈ ਚੀਜ਼, ਕੋਸਟਿੰਗ ਦੀ ਗੱਲ ਹੁੰਦੀ ਹੈ ਅਗਰ ਆਪਾਂ ਕਰਦੇ ਹਾਂ, ਤੁਸੀਂ ਕਿਸੇ ਆਮ ਘਰ ਦੀ ਗੱਲ ਹੁੰਦੀ ਹੈ, ਓਬਵੀਅਸ ਹੈ ਕਿ ਵੇਰੀਏਸ਼ਨ ਹੋਏਗੀ, ਕੋਈ ਛੋਟਾ ਘਰ ਹੈ, ਕੋਈ ਵੱਡਾ ਘਰ ਹੈ, ਇਹਦੇ ਵਿੱਚ ਅਪਰੋਕਸੀਮੇਟਲੀ ਖਰਚੇ ਦੀ ਅਗਰ ਆਪਾਂ ਅੰਦਾਜ਼ਨ ਖਰਚੇ ਦੀ ਗੱਲ ਕਰਾਂ, ਕਿੰਨਾ ਕੁ ਖਰਚਾ ਆ ਜਾਂਦਾ ਵੀ ਕਿਸੇ ਨੇ ਆਪਣੇ ਘਰ ਦੀ ਜਿਹੜੀ ਹੈਗੀ ਫੋਟੋਗ੍ਰਾਫੀ ਜਾਂ RMS ਮੈਜ਼ਰਮੈਂਟਸ ਕਰਵਾਉਣੀਆਂ ਹੋਣ? ਹਾਂਜੀ ਜੀ, ਇਹਦਾ ਇਸ ਤਰ੍ਹਾਂ ਹੈ ਕਿ 2500 ਸਕੁਅਰ ਫੁੱਟ ਤੱਕ ਦਾ ਕੋਈ ਘਰ ਹੋਏਗਾ, ਚਾਹੇ ਉਹ ਕੌਂਡੋ ਹੋਏ, ਚਾਹੇ ਕੋਈ ਘਰ ਹੋਏ,
ਅਪਰੋਕਸੀਮੇਟਲੀ 200 ਤੋਂ ਤੁਸੀਂ ਲਾਈਕ 200 ਤੋਂ ਲੈ ਕੇ 350 ਤੱਕ ਡਿਪੈਂਡ ਕਰਦਾ ਵੀ ਕਿੱਡਾ ਵੱਡਾ ਘਰ ਹੈਗਾ ਮਤਲਬ ਕਿ ਕੋਈ ਜ਼ਿਆਦਾ ਜ਼ਿਆਦਾ ਖਰਚਾ ਨਹੀਂ ਹੁੰਦਾ ਇਹਦੇ ਵਿੱਚ ਹਾਂ ਜ਼ਿਆਦਾ ਖਰਚਾ ਨਹੀਂ ਜ਼ਿਆਦਾ ਖਰਚਾ ਨਹੀਂ ਹੁੰਦਾ ਤੇ ਲੇਕਿਨ ਉਹਦੇ ਵਿੱਚ ਕੀ ਹੈ ਕਿ ਤੁਹਾਡੀ ਜਿਹੜੀ ਹੈਗੀ ਹੈ ਪੋਸੀਬਿਲਟੀਜ਼ ਤੁਹਾਡੀ ਪ੍ਰੈਜੈਂਟੇਸ਼ਨ ਵਧੀਆ ਹੋ ਜਾਂਦੀ ਹੈ ਇੰਨਾ ਕੁ ਖਰਚਾ ਤਾਂ ਅਸੀਂ ਉਹ ਕਹਿ ਦਿੰਦੇ ਵੀ ਅਸੀਂ ਕੋਈ ਘਰ ਜਿਹੜਾ ਹੈਗਾ ਕਿਸੇ ਨੇ ਸੇਲ ਕਰਨਾ ਤੇ ਅਸੀਂ ਉਹ ਸਫਾਈ ਕਰਾਉਣ 'ਚ ਹੀ ਲਗਾ ਦਿੰਦੇ ਹਾਂ ਦੋਸਤੋ ਤਾਂ ਇਹ ਚੀਜ਼ਾਂ ਤਾਂ ਜ਼ਰੂਰੀ ਨੇ ਤਾਂ ਯਸ ਜੀ ਤੁਸੀਂ ਕੁਛ ਹੋਰ ਗਾਈਡ ਕਰਨਾ ਚਾਹੁੰਦੇ ਜਿਵੇਂ ਸੈਲਿੰਗ ਪੁਆਇੰਟ ਆਫ ਵਿਊ ਦੇ ਨਾਲ ਤੁਹਾਡੀ ਜਿਹੜੀ ਮੇਨ ਅਹਿਮੀਅਤ ਹੁੰਦੀ ਹੈ ਕਿ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਜ਼ਿਆਦਾ ਇਫੈਕਟ ਹੁੰਦਾ ਤੁਹਾਡਾ ਕੀ ਐਕਸਪੀਰੀਅੰਸ ਹੈ ਤੁਸੀਂ ਇੰਨੇ ਸਾਲਾਂ ਤੋਂ ਇਸ ਫੀਲਡ ਦੇ ਵਿੱਚੋਂ ਤੁਸੀਂ ਹਨਾ ਇੱਥੇ ਪ੍ਰੋਪਰਟੀਜ਼ ਦੇਖਦੇ ਹੋ ਤੁਹਾਡਾ ਕੀ ਐਕਸਪੀਰੀਅੰਸ ਕਹਿੰਦਾ ਕਿ ਸੈਲਿੰਗ ਪੁਆਇੰਟ ਆਫ ਵਿਊ ਦੇ ਨਾਲ ਕਿਹੜੀਆਂ ਕਿਹੜੀਆਂ ਹੋਰ ਚੀਜ਼ਾਂ ਮੇਜਰ ਇਫੈਕਟ ਕਰਦੀਆਂ ਨੇ ਦੇਖੋ ਜੀ ਇੱਕ ਤਾਂ ਘਰ ਦੀ ਲੁੱਕ ਬੜੀ ਇਫੈਕਟ ਕਰਦੀ ਹੈ ਫਰੰਟ ਲੁੱਕ ਜੀ ਅਸੀਂ ਫੋਟੋ ਜਿਹੜੀ ਦਿੰਦੇ ਹਾਂ ਅਸੀਂ ਤੁਹਾਨੂੰ ਫਰੰਟ ਲੁੱਕ ਦੀ ਵੀ ਦੇਵਾਂਗੇ ਬੈਕ ਦੀ ਵੀ ਦੇਵਾਂਗੇ ਤੁਹਾਡੇ ਡੈਕ ਹੈ ਉਹਦੀ ਵੀ ਫੋਟੋ ਦੇਵਾਂਗੇ ਜੀ ਤਾਂ ਕਿ ਉਹ ਤੁਸੀਂ ਸਾਰੀ ਚੀਜ਼ ਜਿਹੜਾ ਹੈ ਕਸਟਮਰ ਆਉਣ ਤੋਂ ਪਹਿਲੇ ਦੇਖ ਸਕਦਾ ਉਹਨੂੰ ਓਕੇ ਫੋਟੋਜ਼ ਦੇ ਵਿੱਚ ਔਰ 3D ਟੂਰ ਦੇ ਵਿੱਚ ਔਰ ਕਿਸ ਤਰ੍ਹਾਂ ਮਤਲਬ ਉਹਨੂੰ ਦੇਖ ਸਕਦੇ ਨੇ ਜੀ 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 ਔਰ ਡਿਫਰੈਂਟ ਐਂਗਲਸ ਤੋਂ ਆਉਂਦੀਆਂ ਨੇ ਜੀ ਤੇ ਬਾਕੀ ਜਿਹੜੀ ਫੋਟੋਜ਼ ਨੇ ਅੰਦਰ ਦੀ ਫੋਟੋਜ਼ ਨੇ ਉਹ ਜਿੰਨੀ ਪ੍ਰੋਫੈਸ਼ਨਲ ਜਾਂ ਜਿੰਨੀ ਤੁਸੀਂ ਕਾਰਨਰ ਜਾਂ ਕਿਸ ਚੀਜ਼ ਤੁਸੀਂ ਦਿਖਾ ਸਕਦੇ ਹੋ ਜੀ ਉਹ ਅਸੀਂ ਪ੍ਰੋਵਾਈਡ ਕਰਨੇ ਆ ਜੀ ਤਾਂ ਕਿ ਦੀ ਫੋਟੋਜ਼ ਆਰ ਸਾਰੀ ਪ੍ਰੋਫੈਸ਼ਨਲ ਹੁੰਦੀਆਂ ਨੇ ਔਰ ਮੈਟਰਪੋਰਟ ਤੋਂ ਬਣ ਕੇ ਆਉਂਦੀਆਂ ਨੇ ਜੀ ਤੇ ਇਸ ਕਰਕੇ ਜਿਹੜਾ ਉਹ ਕਾਫੀ ਅੱਛੇ ਪਿਕਸਲ ਦੀ ਹੁੰਦੀਆਂ ਨੇ ਰਾਈਟ ਕਿਉਂਕਿ ਇਹਦੇ ਵਿੱਚ ਮਤਲਬ ਕਿ ਮੇਰਾ ਸਵਾਲ ਆ ਹੀ ਆਉਂਦਾ ਸੀਗਾ ਵੀ ਤੁਸੀਂ ਬਾਹਰ ਦੀਆਂ ਵੀ ਐਕਸਟੀਰੀਅਰ ਦੀਆਂ ਵੀ ਫੋਟੋਗ੍ਰਾਫੀ ਇਹਦੇ ਵਿੱਚ ਇੰਕਲੂਡ ਹੁੰਦੀ ਹੈ ਇੰਟੀਰੀਅਰ ਐਕਸਟੀਰੀਅਰ ਸਾਰਾ ਇੰਟੀਰੀਅਰ ਐਕਸਟੀਰੀਅਰ ਜੀ ਸਾਰਾ ਜੀ ਇਹਦੇ ਵਿੱਚ ਸਰ ਕੋਈ ਕੁਆਲਿਟੀ ਤਾਂ ਨਹੀਂ ਮੈਟਰ ਕਰਦੀ ਹੈਗੀ ਵੀ ਹਾਂ ਵੀ ਤੁਸੀਂ ਕੁਆਲਿਟੀ ਵੀ ਦੱਸਦੇ ਹੋ ਵੀ ਆਹ ਚੀਜ਼ ਦੀ ਕੁਆਲਿਟੀ ਹੈ ਸਿਰਫ ਤੁਸੀਂ ਫੋਟੋਗ੍ਰਾਫੀ ਦਾ ਤੁਹਾਡਾ ਅਸੀਂ ਸਿਰਫ ਫੋਟੋਗ੍ਰਾਫੀ ਦਾ ਹੈਗਾ ਵੀ ਤੁਹਾਡਾ ਅਸੀਂ ਹੋਰ ਕੋਈ ਕੁਆਲਿਟੀ ਨਹੀਂ ਕੋਈ ਇੰਸਪੈਕਸ਼ਨ ਨਹੀਂ ਕੋਈ ਕੁਝ ਨਹੀਂ ਜੀ ਸਿਰਫ ਫੋਟੋਗ੍ਰਾਫੀ ਤੁਹਾਡੀ ਪ੍ਰਾਇਮਰੀ ਸਿਰਫ ਫੋਟੋਗ੍ਰਾਫੀ ਵੀ ਇੱਕ ਘਰ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਸਪੋਜ਼ ਕਿਤੇ ਇਹਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਹੋ ਤੁਹਾਨੂੰ ਇਹ ਜਿਹੜੀ ਚੀਜ਼ ਹੈਗੀ ਹੈ ਲਿੰਕਸ ਮਿਲ ਜਾਂਦੇ ਨੇ ਤੁਸੀਂ ਕਿਸੇ ਨੂੰ ਸੈਂਡ ਕਰਨਾ ਚਾਹੁੰਦੇ ਹੋ ਸ਼ਾਇਦ ਅੱਜ ਕੋਈ ਆਊਟ ਆਫ ਪ੍ਰੋਵਿੰਸ ਬੈਠਾ ਹੈਗਾ ਕੋਈ ਦੂਰ ਸਿਟੀ ਦੇ ਵਿੱਚ ਬੈਠਾ ਹੈਗਾ ਤੁਸੀਂ ਉਹਨਾਂ ਨੂੰ ਇਹ ਲਿੰਕ ਸੈਂਡ ਕਰਕੇ ਆਪਣੇ ਘਰ ਦੇ ਬਾਰੇ ਵਿੱਚ ਪੂਰੀ ਇਨਫੋਰਮੇਸ਼ਨ ਦੇ ਸਕਦੇ ਹੋ ਵੀ ਇਸ ਤਰ੍ਹਾਂ ਦਾ ਘਰ ਹੈਗਾ ਮੇਰਾ ਕਿਉਂਕਿ ਦੇਖੋ ਅਪਰੋਕਸੀਮੇਟ ਅਗਰ ਆਪਾਂ ਗੱਲ ਕਰਦੇ ਹਾਂ 50% ਤਾਂ ਮਨ ਪਹਿਲਾਂ ਹੀ ਬਣ ਜਾਂਦਾ ਬੰਦੇ ਦਾ ਜਦੋਂ ਤੁਹਾਡੀ ਇੱਕ ਵੀਡੀਓਗ੍ਰਾਫੀ ਇੱਕ ਘਰ ਦੇਖ ਲੈਣਾ ਅਸੀਂ ਆਮ ਤੌਰ ਤੇ ਦੇਖਦੇ ਹਾਂ ਵੀ ਜਦੋਂ ਅਸੀਂ ਸੈਲਿੰਗ ਦੇ ਤੌਰ ਤੇ ਆਪਣਾ ਘਰ ਲਗਾਉਂਦੇ ਹਾਂ ਤਾਂ ਦਿਨ ਦੇ ਵਿੱਚ ਇੱਕ ਜਾਂ ਦੋ ਸਾਨੂੰ ਇੱਕ ਜਿਹੜੀ ਵਾਕ ਇਨ ਆਉਂਦੀ ਹੈ ਹਨਾ ਬੰਦਾ ਦੇਖਦਾ ਉਹ ਜਦੋਂ ਲਿਖਣ ਤੇ ਦੇਖਣ ਦੇ ਵਿੱਚ ਬਹੁਤ ਫਰਕ ਹੁੰਦਾ ਬੰਦਾ ਦੇਖਦਾ ਕਈ ਲੋਕਾਂ ਨੂੰ ਤੁਸੀਂ 50 ਬੰਦੇ ਦੇਖਣ ਆਏ ਆ ਉਹਨਾਂ ਦੇ ਵਿੱਚੋਂ ਸ਼ਾਇਦ 45 ਬੰਦਿਆਂ ਨੂੰ ਉਹ ਘਰ ਪਸੰਦ ਨਹੀਂ ਆ ਉਹਦੇ ਵਿੱਚ ਕੀ ਹੈ ਕਿ ਤੁਹਾਡਾ ਜਿਹੜੇ ਘਰ ਦੇ ਵਿੱਚ ਆਉਣ ਜਾਣ ਦਾ ਦੇਖਣ ਨੂੰ ਟ੍ਰੈਫਿਕ ਹੈਗਾ ਜਿਹੜਾ ਉਹ ਘੱਟ ਜਾਏਗਾ ਇਹਨਾਂ ਚੀਜ਼ਾਂ ਦਾ ਇਹ ਫਾਇਦਾ ਜ਼ਰੂਰ ਹੋ ਸਕਦਾ ਇੱਕ ਤਾਂ ਅਸੀਂ ਕੋਵਿਡ ਕਰਕੇ ਥੋੜ੍ਹਾ ਜਿਹਾ ਡਰੇ ਬੈਠੇ ਹਾਂ ਦੂਸਰੀ ਚੀਜ਼ ਹੈਗੀ ਹੈ ਵੀ ਜਦੋਂ ਕਿਸੇ ਨੇ ਸਾਡੇ ਘਰ ਦੇ ਵਿੱਚ ਵਾਕ ਇਨ ਕਰਨੀ ਹੈ ਕਿਸੇ ਨੇ ਘਰ ਦੇਖਣ ਆਉਣਾ ਸਾਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਇਹ ਚੀਜ਼ਾਂ ਦਾ ਜਿਹੜਾ ਹੈਗਾ ਇਹ ਵੀ ਫਰਕ ਪੈਂਦਾ ਹੀ ਹੈ ਵੀ ਇਹਦਾ ਬਹੁਤ ਫਰਕ ਪੈਂਦਾ ਜੀ 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 ਜੇ ਕੋਈ ਵੀ ਆਦਮੀ ਤੁਹਾਡਾ ਘਰ ਦੇਖਣ ਆਏਗਾ ਜੀ ਉਹ ਪਹਿਲੇ ਜੇ ਵੀਡੀਓ ਦੇਖ ਕੇ ਆਏਗਾ ਤੇ ਉਹਨੂੰ ਇਹ ਹੋਏਗਾ ਕਿ ਹਾਂ ਮੈਂ 50% ਥੋੜਾ ਤਿਆਰ ਹੋਏਗਾ ਉਹ ਵੀ ਹਾਂ ਇਹ ਚੀਜ਼ ਹੈਗੀ ਹੈ ਪ੍ਰੈਜੈਂਟੇਸ਼ਨ ਹੈਗੀ ਹੈ ਜੀ ਕਿਉਂਕਿ ਵੈਸੇ ਹੀ ਜਾ ਕੇ ਘਰ ਤੁਸੀਂ ਜਾਂਦੇ ਜਾਓ ਔਰ ਦੇਖਦੇ ਰਹੋ ਜਾਂਦੇ ਕਿ ਕੋਈ ਫਾਇਦਾ ਨਹੀਂ ਰਾਈਟ ਜੇ ਤੁਸੀਂ ਪਹਿਲੇ ਵੀਡੀਓ ਦੇਖ ਕੇ ਔਰ ਜਾਓਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਵੀ ਘਰ ਦੇ ਵਿੱਚ ਕੀ ਹੈਗਾ ਔਰ ਮੈਨੂੰ ਕੀ ਚੀਜ਼ ਜ਼ਿਆਦਾ ਧਿਆਨ ਦੇਣਾ ਹੈ ਇੱਕ ਇਹ ਵੀ ਦੇਖਦੇ ਹਾਂ ਸਰ ਜਿੱਦਾਂ ਸਪੋਜ਼ ਮੈਂ ਅੱਜ ਮੈਂ ਤੇ ਮੇਰੀ ਵਾਈਫ ਘਰ ਦੇਖਣ ਚਲ ਗਏ ਕੱਲ ਨੂੰ ਮੈਂ ਕਹਿੰਦਾ ਜੀ ਵੀ ਮੈਂ ਆਪਣੇ ਪੇਰੈਂਟਸ ਨੂੰ ਵੀ ਦਿਖਾਉਣਾ ਹੈ ਘਰ ਕੱਲ ਨੂੰ ਮੈਂ ਕਿਸੇ ਚਾਚੇ ਮਾਮੇ ਨੂੰ ਦਿਖਾਉਣਾ ਕਰ ਇਹ ਚੀਜ਼ਾਂ ਫਿਰ ਬੰਦਾ ਬਾਰ ਬਾਰ ਵਾਕਿੰਗ ਦੀ ਬਾਰ ਬਾਰ ਵਾਕਿੰਗ ਨਾ ਕਰਕੇ ਤੇ ਟੈਕਨੋਲੋਜੀ ਆ ਚੁੱਕੀ ਹੈ ਅਸੀਂ ਇਹਦਾ ਫਾਇਦਾ ਚੱਕਦੇ ਹਾਂ ਤਾਂ ਤੁਹਾਨੂੰ ਵੀ ਅਗਰ ਤੁਸੀਂ ਵੀ ਆਪਣੇ ਘਰ ਦੀ ਜਿਹੜੀ ਹੈਗੀ ਹੈ ਸੈਲਿੰਗ ਪੁਆਇੰਟ ਆਫ ਵਿਊ ਨਾਲ ਦੇਖਦੇ ਹੋ ਜਾਂ ਫਿਰ ਸਾਡੇ ਕੋਈ ਵੀ ਦੋਸਤ ਮਿੱਤਰ ਸਾਡੇ ਰੀਅਲਟਰ ਭਰਾ ਸਾਡੇ ਨਾਲ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਸੈਲ ਜਿਹੜੇ ਹੈਗੇ ਨੇ ਘਰ ਦੇ ਲਈ ਤੁਸੀਂ ਜਿਹੜਾ ਕੋਈ ਘਰ ਵੇਚਣਾ ਚਾਹੁੰਦੇ ਹੋ ਜਾਂ ਬਿਲਡਰਸ ਨੇ ਜਿਹੜੇ ਉਹ ਆਪਣੇ ਘਰ ਵੇਚਣਾ ਚਾਹੁੰਦੇ ਆ ਉਹ ਕਿਸੇ RMS ਮੈਜਰਮੈਂਟ ਦੀ ਕੰਪਨੀ ਨੂੰ ਜਾਂ ਫਿਰ ਫੋਟੋਗ੍ਰਾਫੀ ਕੰਪਨੀ ਨੂੰ ਸਿਲੈਕਟ ਕਰਨ ਦੇ ਲਈ ਲੱਭ ਰਹੇ ਨੇ ਸਰਚ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਯਸ਼ ਪਿਕ ਈ ਓਪਨ ਜਿਹੜੀ ਹੈਗੀ ਆ ਹਾਊਸ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਯਸ਼ ਜੀ ਦਾ ਆਪਣਾ ਐਕਸਪੀਰੀਅੰਸ ਹੈਗਾ ਇਹਨਾਂ ਦਾ ਜਿਹੜਾ ਹੈਗਾ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਯਸ਼ ਜੀ ਕੋਈ ਮੈਸੇਜ ਦੇ ਤੌਰ 'ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਜਿਹਨਾਂ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੈ ਤੁਹਾਡੀ ਜਿਹੜੀ ਸਪੈਸ਼ਲ ਸਰਵਿਸਿਜ਼ ਸਪੈਸ਼ਲਟੀ ਕੰਪੀਟੀਸ਼ਨ ਹੁੰਦਾ ਮਾਰਕੀਟ ਦੇ ਵਿੱਚ ਹਰ ਇੱਕ ਬਿਜ਼ਨਸ ਦੇ ਵਿੱਚ ਕੰਪੀਟੀਸ਼ਨ ਹੁੰਦਾ ਬਿਲਕੁਲ ਬਹੁਤ ਕੰਪੀਟੀਸ਼ਨ ਤੁਹਾਡੀ ਕੀ ਸਪੈਸ਼ਲਟੀ ਹੈ ਤੁਹਾਡੇ ਕੀ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਤੁਸੀਂ ਖਾਸ ਜਾਂ ਡਿਫਰੈਂਟ ਕੀ ਜਿਹੜੇ ਹੈਗੇ ਨੇ ਤੁਹਾਡੇ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਸਰਵਿਸਿਜ਼ ਦਿੰਦੇ ਹੋ ਦੇਖਿਆ ਨਹੀਂ ਜੀ ਅਸੀਂ ਸਾਡੀ
ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਅਸੀਂ ਅੱਛੀ ਤੋਂ ਅੱਛੀ ਫੋਟੋਜ਼, ਅੱਛੀ ਤੋਂ ਅੱਛੀ ਚੀਜ਼ ਜੀ ਪ੍ਰੋਵਾਈਡ ਕਰੀਏ ਔਰ ਪ੍ਰੋਫੈਸ਼ਨਲ ਪ੍ਰੋਵਾਈਡ ਕਰੀਏ ਔਰ ਮਤਲਬ ਟਾਈਮਲੀ ਟਾਈਮਲੀ ਮਿਲ ਜੇ, ਟਾਈਮਲੀ ਮਿਲੇ। ਜੀ 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 ਬਿਲਕੁਲ। ਮੇਰੇ ਕੋਲ ਕਈ ਵਾਰੀ ਕੀ ਹੁੰਦਾ ਕਿ ਕੋਈ ਕਸਟਮਰ ਆਉਂਦੇ ਨੇ, ਉਹਨਾਂ ਨੇ ਫੋਟੋ ਮੈਂ ਉਹਨਾਂ ਨੂੰ ਭੇਜੀਆਂ ਨੇ ਕੁਛ, ਉਹ ਕਹਿੰਦਾ ਨਹੀਂ ਮੈਨੂੰ ਇਹ ਫੋਟੋ ਨਾ ਇਸ ਐਂਗਲ ਤੋਂ ਨਹੀਂ ਚਾਹੀਦੀ, ਮੈਨੂੰ ਤੁਸੀਂ ਇਸ ਐਂਗਲ ਤੋਂ ਹੈ ਤੁਹਾਡੇ ਕੋਲ ਤੇ ਇਹ ਤੁਸੀਂ ਭੇਜ ਦਿਓ, ਤੇ ਮੈਂ ਉਸੇ ਲਈ ਉਹਨੂੰ ਕੱਢ ਕੇ ਦੂਸਰੇ ਐਂਗਲ ਤੋਂ ਕਰਕੇ ਉਹਨਾਂ ਨੂੰ ਭੇਜ ਦੇਣਾ। ਉਹ ਤੁਸੀਂ ਆਲਰੇਡੀ ਪਹਿਲਾਂ ਹੀ ਪ੍ਰਪੇਅਰ ਕਰੀ ਹੁੰਦੀ ਹੈ, ਤੁਸੀਂ ਪਹਿਲਾਂ ਹੀ ਸ਼ੂਟ ਕੀਤੀਆਂ ਹੁੰਦੀਆਂ ਨੇ ਲਾਈਕ ਪਹਿਲਾਂ, ਕਿਉਂਕਿ ਮੇਰੇ ਕੋਲ ਵੀਡੀਓ ਤੇ ਹੀ ਆਉਂਦੀ ਹੈ ਨਾ। ਓਕੇ, ਤੇ ਮੈਂ ਉਹ ਵੀਡੀਓ ਵਿੱਚ ਕਿਸੇ ਵੀ ਐਂਗਲ ਤੋਂ ਕੋਈ ਵੀ ਫੋਟੋ ਜਿਹੜੀ ਹੈ ਉਹ ਲੈ ਕੇ ਭੇਜ ਦਿੰਦਾ। ਕੋਈ ਰੀਅਲਟਰ ਕਹਿੰਦਾ ਕਿ ਯਾਰ ਤੁਸੀਂ ਨਾ ਇਹ ਚੀਜ਼ ਨਹੀਂ ਮੈਨੂੰ ਆਈ, ਇਹ ਮੈਂ ਦਿਖਾਉਣਾ ਚਾਹੁੰਦਾ, ਉਹ ਠੀਕ ਹੈ, ਅਸੀਂ ਉਸੇ ਲਈ ਫਿਰ ਕੋਸ਼ਿਸ਼ ਕਰਦੇ ਹਾਂ ਕਿ ਵਿਦ ਇਨ ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਉਹ ਫੋਟੋ ਪ੍ਰੋਵਾਈਡ ਕਰ ਦਈਏ ਤਾਂ ਕਿ ਉਹਨਾਂ ਨੂੰ ਫਿਰ ਦੁਬਾਰਾ ਮੁਸ਼ਕਿਲ ਨਾ ਹੋਵੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਥੈਂਕਸ ਤੁਹਾਡਾ, ਤੁਸੀਂ ਸਰ ਇਸ ਪ੍ਰੋਗਰਾਮ ਦੇ ਰਾਹੀਂ ਆ ਕੇ ਸਾਡੇ ਦਰਸ਼ਕਾਂ ਨੂੰ ਆਪਣਾ ਐਕਸਪੀਰੀਅੰਸ ਦੱਸਿਆ, ਜਾਣਕਾਰੀ ਦਿੱਤੀ ਹੈ। ਤਾਂ ਦੋਸਤੋ ਇਹ ਦੇਖੋ, ਕੋਈ ਕਿਸੇ ਵੀ ਪ੍ਰੋਡਕਟ ਦੀ ਗੱਲ ਕਰ ਲਈਏ, ਕਿਸੇ ਵੀ ਜੋਬ ਦੀ ਗੱਲ ਕਰ ਲਈਏ, ਕਿਸੇ ਵੀ ਬਿਜ਼ਨਸ ਦੀ ਗੱਲ ਕਰ ਲਈਏ, ਅਗਰ ਸਾਨੂੰ ਸਰਵਿਸਿਜ਼ ਉਸ ਤੋਂ ਵਧੀਆ ਮਿਲਦੀਆਂ ਨੇ ਤਾਂ ਸਾਨੂੰ ਉੱਥੇ ਥੋੜ੍ਹਾ ਜਿਹਾ ਸਾਨੂੰ ਅਸੀਂ ਥੋੜ੍ਹਾ ਜਿਹਾ ਅਟਰੈਕਟ ਜ਼ਰੂਰ ਹੁੰਦੇ ਹਾਂ। ਤਾਂ ਤੁਸੀਂ ਜ਼ਰੂਰ ਯਸ ਜੀ ਤੋਂ ਇੱਕ ਦਫ਼ਾ ਕੁਐਰੀ ਲੈ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਉਹਨਾਂ ਦਾ ਫੋਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਰੀਅਲ ਸਟੇਟ ਇੰਡਸਟਰੀ ਦੇ ਬਾਰੇ ਵਿੱਚ ਹਰ ਇੱਕ ਪੱਖ ਨੂੰ ਛੋਇਆ ਜਾਵੇ ਇਸ ਪਲੇਟਫਾਰਮ ਦੇ ਰਾਹੀਂ। ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਇੱਥੇ, ਖਾਸ ਕਰਕੇ ਐਲਬਰਟਾ ਦੇ ਜਿਹੜੇ ਸਾਡੇ ਵਿਊਅਰਸ ਨੇ, ਐਡਮਿੰਟਨ ਦੇ ਵਿਊਅਰਸ ਨੇ, ਉਹ ਸਾਡੇ ਇਸ ਸ਼ੋਅ ਨੂੰ ਇੰਨਾ ਪਿਆਰ ਦੇ ਰਹੇ ਹੈ, ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਜਿਹੜੇ ਐਕਸਪਰਟ ਇਸ ਪ੍ਰੋਗਰਾਮ ਦੇ ਰਾਹੀਂ ਆਉਂਦੇ ਨੇ ਉਹ ਸਾਡੇ ਨਾਲ ਲਗਾਤਾਰ ਆਪਣਾ ਟਾਈਮ ਕੱਢ ਕੇ, ਕਿਉਂਕਿ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਹਾਂ, ਆਪਣਾ ਜਿਹੜਾ ਇੱਕ ਕਹਿੰਦੇ ਵੀ ਘੰਟਿਆਂ ਦੇ ਹਿਸਾਬ ਨਾਲ ਵੀ ਇੱਥੇ ਜਿਹੜਾ ਹੈਗਾ ਟਾਈਮ ਕੱਢਣਾ ਬਹੁਤ ਔਖਾ ਹੁੰਦਾ, ਅਤੇ ਸਾਡੇ ਕੋਲ ਇੱਥੇ ਉਹ ਆਉਂਦੇ ਨੇ ਹਰ ਹਫ਼ਤੇ ਆ ਕੇ ਤੁਹਾਡੇ ਰੂਬਰੂ ਹੁੰਦੇ ਨੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਨੂੰ ਇੱਕੋ ਹੀ ਰਿਕੁਆਇਰਮੈਂਟ ਰਹਿੰਦੀ ਹੈ ਕਿ ਸਾਡੇ ਦਰਸ਼ਕ ਜਿਹੜੇ ਸਾਡਾ ਸ਼ੋਅ ਦੇਖ ਰਹੇ ਨੇ ਉਹਨਾਂ ਦੇ ਕੁਐਸਚਨਸ ਦੀ, ਉਹਨਾਂ ਦੇ ਫੀਡਬੈਕ ਦੀ ਸਾਨੂੰ ਹਮੇਸ਼ਾ ਜ਼ਰੂਰਤ ਹੁੰਦੀ ਹੈ। ਅਸੀਂ ਤੁਹਾਡੀ ਫੀਡਬੈਕ ਨਾਲ ਹੀ ਇਸ ਪ੍ਰੋਗਰਾਮ ਨੂੰ ਅੱਗੇ ਇਸੇ ਤਰ੍ਹਾਂ ਵਧਾਉਂਦੇ ਰਹਾਂਗੇ। ਕਿਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਲਿਆਉਂਦੇ ਜਾਣ, ਤੁਸੀਂ ਵੀ ਕਿਸੇ ਬਿਜ਼ਨਸ ਦੇ ਨਾਲ ਜੁੜੇ ਹੋਏ ਹੋ, ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਤੁਸੀਂ ਵੀ ਸਾਡੇ ਇਸ ਪਲੇਟਫਾਰਮ ਦੇ ਉੱਤੇ ਆ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਵਧੇਰੇ ਪ੍ਰੋਗਰਾਮ ਦੇਖਣ ਦੇ ਲਈ ਸਾਡਾ ਹਨੀ ਵਾਲੀਆ ਸ਼ੋਜ਼ ਯੂਟਿਊਬ ਚੈਨਲ ਅਤੇ ਹਨੀ ਵਾਲੀਆ ਸ਼ੋਜ਼ ਫੇਸਬੁੱਕ ਪੇਜ ਨੂੰ ਤੁਸੀਂ ਲਾਈਕ ਕਰੋ, ਸਬਸਕ੍ਰਾਈਬ ਕਰੋ, ਤਾਂ ਕਿ ਸਾਡੇ ਹੋਰ ਵੀ ਜਿਹੜੇ ਤੁਹਾਡੇ ਨੇੜੇ ਤੇੜੇ ਦੇ ਦੋਸਤ ਮਿੱਤਰ ਰਿਸ਼ਤੇਦਾਰ ਨੇ, ਸਾਡੇ ਖਾਸ ਕਰਕੇ ਕਮਿਊਨਿਟੀ ਦੇ ਬੰਦੇ ਨੇ, ਉਹਨਾਂ ਤੱਕ ਸਾਡੀ ਆਵਾਜ਼, ਸਾਡੇ ਸ਼ੋਜ਼ ਪਹੁੰਚ ਸਕਣ। ਹੁਣ ਆਪਣੇ ਹਨੀ ਵਾਲੀਆ ਤੋਂ ਇਜਾਜ਼ਤ, ਸਤਿ ਸ਼੍ਰੀ ਅਕਾਲ।